ਵੱਡੀ ਖਬਰ ਆ ਰਹੀ ਹੈ ਬਹੁਤ ਚਰਚੇ ਰਣਜੀਤ ਸਿੰਘ ਕਤਲਕਾਂਡ ਮਾਮਲੇ 'ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਰਾਮ ਰਹੀਮ ਨੂੰ 31 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। 2002 'ਚ ਰਣਜੀਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਰੀਬ 19 ਸਾਲਾਂ ਦੇ ਬਾਅਦ ਉਹਨਾਂ ਨੂੰ ਅੱਜ ਇਨਸਾਫ ਮਿਲਿਆ ਹੈ। ਸੁਣਵਾਈ ਦੇ ਦੌਰਾਨ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਵੀਡੀਓ ਕਾਨਫਰੰਸ ਦੇ ਜ਼ਰੀਏ ਸ਼ਾਮਲ ਹੋਇਆ, ਜਦੋਂ ਕਿ ਹੋਰ ਦੋਸ਼ੀਆਂ ਕ੍ਰਿਸ਼ਨ ਲਾਲ, ਅਵਤਾਰ, ਜਸਵੀਰ ਅਤੇ ਸਦਬੀਰ ਸਿੱਧੇ ਤੌਰ 'ਤੇ ਅਦਾਲਤ 'ਚ ਪਹੁੰਚੇ, ਜਿਨ੍ਹਾਂ ਨੂੰ ਅਦਾਲਤ ਨੇ ਉਮਰ ਕੈਦ ਦੇ ਨਾਲ ਨਾਲ 50,000 ਰੁਪਏ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਕੋਰਟ 'ਚ ਇਸ ਪੂਰੇ ਮਾਮਲੇ ਦੀ ਸੁਣਵਾਈ ਹੋਈ ਹੈ। ਇਸ ਤੋਂ ਪਹਿਲਾਂ ਬੀਤੀ 12 ਅਕਤੂਬਰ ਨੂੰ ਕੋਰਟ ਨੇ ਫੈਸਲਾ ਰਾਖਵਾਂ ਰੱਖ ਲਿਆ ਸੀ। ਦੱਸ ਦਈਏ ਕਿ 8 ਅਕਤੂਬਰ 2021 ਨੂੰ ਰਾਮ ਰਹੀਮ ਸਮੇਤ 5 ਦੋਸ਼ੀਆਂ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਸੀ। ਇਹ ਵੀ ਦੱਸਣਯੋਗ ਹੈ ਕਿ 10 ਜੁਲਾਈ 2002 ਨੂੰ ਡੇਰੇ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਕੁਰਕਸ਼ੇਤਰ ਦੇ ਰਣਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਡੇਰਾ ਪ੍ਰਬੰਧਨ ਨੂੰ ਸ਼ੱਕ ਸੀ ਕਿ ਰਣਜੀਤ ਸਿੰਘ ਨੇ ਸਾਧਵੀ ਯੌਨ ਸ਼ੋਸ਼ਣ ਦੀ ਗੁੰਮਨਾਮ ਚਿੱਠੀ ਆਪਣੇ ਭੈਣ ਤੋਂ ਹੀ ਲਿਖਵਾਈ ਸੀ। 10 ਜੁਲਾਈ ਨੂੰ ਰਣਜੀਤ ਸਿੰਘ ਖਾਨਪੁਰ ਕੋਲੀਆ 'ਚ ਆਪਣੇ ਪਿਤਾ ਨੂੰ ਖੇਤਾਂ 'ਚ ਚਾਹ ਦੇ ਕੇ ਪਰਤ ਰਿਹਾ ਸੀ ਤਾਂ ਬਾਈਕ ਸਵਾਰ 2 ਦੋਸ਼ੀਆਂ ਨੇ ਉਸਦਾ ਗੋਲੀਆਂ ਮਾਰ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਦੋਸ਼ੀ ਸਬਦਿਲ ਅਤੇ ਜਸਵੀਰ ਦੀ ਸ਼ਨਾਖਤ ਹੋਈ ਸੀ। ਪੁਲਿਸ ਜਾਂਚ ਤੋਂ ਅਸੰਤੁਸ਼ਟ ਰਣਜੀਤ ਦੇ ਪਿਤਾ ਨੇ ਜਨਵਰੀ 2003 'ਚ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਸੀ। ਕੀ ਉਮਰ ਹੁੰਦੀ ਹੈ? ਇੱਕ ਹੀ ਕੇਸ ਮੇਂ ਉਮਰ ਕੈਦ ਆਪਕੀ ਪੂਰੀ ਉਮਰ ਤੱਕ ਹੋਤੀ ਹੈ ਜੀ, ਮਗਰ ਹਰ ਸਟੇਟ ਕੀ ਕੁਛ ਪਾਲਿਸੀਜ਼ ਹੁੰਦੀ ਹੈ ਜੋ ਕਹਤੇ ਮਰਸੀ ਪਾਲਿਸੀ, ਉਹ ਹਰ ਉਮਰ ਕੈਦੀ ਕੋ ਉਸਕੇ ਕੰਡਕਟ ਕੇ ਹਿਸਾਬ ਸੇ ਛੋੜ ਸਕਤੀ ਹੈ, ਔਰ ਅਕਸਰ ਹਮ ਕਹਤੇ 20 ਸਾਲ ਬਾਅਦ ਛੋੜ ਦੇਤੇ ਹੈ। ਤੋ ਉਸ ਰਾਤ ਮੇਂ ਸੀਰੀਅਲ ਚਲਤਾ ਹੈ, ਅਗਰ ਇੱਕ ਉਮਰ ਕੈਦ ਨੂੰ ਮਾਫੀ ਮਿਲ ਗਈ ਤਾਂ ਦੂਸਰੀ ਉਮਰ ਕੈਦ ਚੱਲਣੀ ਸ਼ੁਰੂ ਹੋ ਜਾਤੀ ਹੈ। ਤੀਨੋ ਉਮਰ ਸਭੀ ਉਮਰ ਕੈਦੋ ਮੇਂ ਅਗਰ ਜਬ ਤੱਕ ਮਾਫੀ ਨਹੀਂ ਮਿਲਤੀ ਤਬ ਤੱਕ ਆਪ ਬਾਹਰ ਨਹੀਂ ਆ ਸਕਤੇ, ਤੋ ਉਸ ਹਿਸਾਬ ਸੇ ਸੀਰੀਅਲ ਹੈ। ਮਗਰ ਉਮਰ ਕੈਦ ਕਾ ਮਤਲਬ ਨਹੀਂ ਉਮਰ ਕੈਦ ਹੈ, ਤੋ ਇੱਕ ਹੋ 10 ਹੋ 100 ਹੋ ਇੱਕ ਹੀ ਆਪਕੀ ਲਾਈਫ ਹੈ ਤਾਂ ਉਹ ਚਲੇਗੀ ਜੀ। ਤੋ ਪ੍ਰੋਸੀਕਿਊਸ਼ਨ ਸੈਟੀਸਫਾਈਡ ਹੈ ਜਾਂ ਇਹਨੂੰ ਚੈਲੰਜ ਕਰੋਗੇ ਤੁਸੀਂ? ਨਹੀਂ, ਪ੍ਰੋਸੀਕਿਊਸ਼ਨ ਉਸ ਹਿਸਾਬ ਸੇ ਹਮੇ ਮਾਲੂਮ ਤਾਂ ਕਿ 50,000 ਬਾਕੀਓ ਕੋ 50,000 ਮਹਿਸੂਸ ਸਾਲ ਕੇ ਥੇ ਤਬ ਜਬ ਹੁਆ ਥਾ ਆਪ 8 ਸਾਲ ਕੇ ਥੇ ਆਜ ਆਜ ਆਪ ਆਜ ਦੇਖ ਰਹੇ ਪਰਿਵਾਰ ਕੇ ਲਈ ਆਜ ਪਰਿਵਾਰ ਕੇ ਲਈ ਬਹੁਤ ਬੜਾ ਦਿਨ ਹੈ ਆਜ ਹਮਾਰੇ ਜੋ ਦਾਦਾ ਜੀ ਨੇ ਇਤਨੇ ਸਮੇਂ ਸੇ ਇਤਨੇ ਸੰਘਰਸ਼ ਕਰ ਰਹਾ ਥਾ ਲੜਾਈ ਲੜ ਰਹੇ ਥੇ ਉਨਕੋ ਇਨਸਾਫ ਮਿਲਾ ਬਸ ਅਗਰ ਵੋ ਹੋਤੇ ਵੋ ਅੱਛੀ ਬਾਤ ਥੀ। ਜਗਸੀਰ ਆਪ ਉਮਰ ਕੈਦੀ ਮੰਗ ਰਹੇ ਥੇ? ਹਮ ਤੋ ਸਰ ਡੈਥ ਪੈਨਲਟੀ ਮੰਗ ਰਹੇ ਥੇ। ਉਸਕਾ ਕਿਆ, ਚਲੋ ਠੀਕ ਹੈ, ਹਮ ਸੰਤੁਸ਼ਟ ਹੈ, ਜੋ ਜੁਡੀਸ਼ਰੀ ਕਾ ਜੋ ਵੀ ਹੋਇਆ ਥਾ ਅੱਛਾ ਠੀਕ ਹੈ, ਹਮ ਸੰਤੁਸ਼ਟ ਹੈ। ਇਸ ਮਾਮਲੇ 'ਚ 3 ਗਵਾਹ ਮਹੱਤਵਪੂਰਨ ਸਨ। ਇਹਨਾਂ 'ਚੋਂ 2 ਚਸ਼ਮਦੀਦ ਸੁਖਦੇਵ ਅਤੇ ਜੋਗਿੰਦਰ ਸਿੰਘ ਹਨ, ਜਿਨ੍ਹਾਂ ਨੇ ਦੋਸ਼ੀਆਂ ਨੂੰ ਰਣਜੀਤ 'ਤੇ ਗੋਲੀ ਚਲਾਉਂਦੇ ਹੋਏ ਦੇਖਿਆ ਸੀ। ਤੀਜਾ ਗਵਾਹ ਰਾਮ ਰਹੀਮ ਦਾ ਡਰਾਈਵਰ ਖੱਟਾ ਸਿੰਘ ਸੀ, ਜਿਸਦੇ ਸਾਹਮਣੇ ਰਣਜੀਤ ਨੂੰ ਮਾਰਨ ਲਈ ਕਿਹਾ ਗਿਆ ਸੀ। 31 ਜੁਲਾਈ 2007 ਨੂੰ ਸਾਧਵੀ ਯੌਨ ਸ਼ੋਸ਼ਣ ਰਣਜੀਤ ਸਿੰਘ ਕਤਲ ਅਤੇ ਰਾਮਚੰਦਰ ਛਤਰਪਤੀ ਕਤਲ ਕੇਸ 'ਚ ਸੀਬੀਆਈ ਕੋਰਟ 'ਚ ਚਲਾਨ ਪੇਸ਼ ਕੀਤੇ ਗਏ। ਹੁਣ ਰਾਮ ਰਹੀਮ ਸਿੰਘ ਸੁਨਾਰਿਆ ਜੇਲ੍ਹ 'ਚ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ 20 ਸਾਲ ਦੀ ਸਜ਼ਾ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਬਿਊਰੋ ਰਿਪੋਰਟ, ਪੰਜਾਬ ਟੂਡੇ।